ਹਰੀ ਸ਼ਰਾਵਤ ਪੰਜਾਬ ਦੌਰੇ ਤੇ ਨੇ ਜਿਸ ਨੂੰ ਲੈ ਕੇ ਸਾਡੇ ਸਹਿਯੋਗੀ ਅਰੁਣਾ ਹੋਜਾ ਨੇ ਰਾਜਕੁਮਾਰ ਵੇਰਕਾ ਨਾਲ ਗੱਲਬਾਤ ਕੀਤੀ ਕੀ ਕੁਝ ਗਿਆ ਉਹਨਾਂ ਨੇ ਤੁਸੀਂ ਦੱਸੋ 2022 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਵਿਵਾਦ ਚੱਲ ਰਿਹਾ ਸੀ ਉਸ ਨੂੰ ਲੈ ਕੇ ਵੱਖ-ਵੱਖ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਉੱਤੇ ਸਵਾਲ ਚੱਕ ਰਹੀਆਂ ਸੀ ਹਰੀਸ਼ ਰਾਵਤ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਨੇ ਉਹ ਪੰਜਾਬ ਦੇ ਵਿੱਚ ਪਹੁੰਚੇ ਹੋਏ ਨੇ ਤੇ ਲਗਾਤਾਰ ਨਵਜੋਤ ਸਿੰਘ ਸਿੱਧੂ ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਸੀ ਤੇ ਉਹਨਾਂ ਦੇ ਨਾਲ ਡਾਕਟਰ ਰਾਜਕੁਮਾਰ ਵੇਰਕਾ ਜਿਹੜੇ ਕੈਬਨਿਟ ਦੇ ਪ੍ਰਵਕਤਾ ਹੈਗੇ ਨੇ ਪੰਜਾਬ ਸਰਕਾਰ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਫਿਰਕਾ ਸਾਹਿਬ ਰਾਬਤ ਸਾਹਿਬ ਅੱਜ ਕੈਪਟਨ ਸਾਹਿਬ ਨਾਲ ਵੀ ਮੁਲਾਕਾਤ ਕਰਕੇ ਆਏ ਨੇ ਸਿੱਧੂ ਸਾਹਿਬ ਨਾਲ ਵੀ ਮੁਲਾਕਾਤ ਕਰਕੇ ਆਏ ਸੀ ਜਿਹੜਾ ਵਿਵਾਦ ਚੱਲ ਰਿਹਾ ਸੀ ਆਖਰ ਉਹ ਕਿੱਥੇ ਤੱਕ ਪਹੁੰਚਿਆ ਕੀ ਹੱਲ ਨਿਕਲਿਆ ਉਹਦਾ ਨਹੀਂ ਇਹ ਸੰਵਾਦ ਸੀ ਵਿਵਾਦ ਨਹੀਂ ਇਹ ਇੱਕ ਦੂਸਰੇ ਦੇ ਨਾਲ ਕੁਝ ਗਲਤਫਹਿਮੀਆਂ ਹੁੰਦੀਆਂ ਹਨ ਔਰ ਕਈ ਵਾਰੀ ਕਮਿਊਨੀਕੇਸ਼ਨ ਗੈਪ ਵੀ ਹੁੰਦਾ ਹਰੀਸ਼ रावत ਜੀ ਦਾ ਆਉਂਦਾ ਮਤਲਬ ਇਹ ਨਹੀਂ ਕੋਈ ਨਾਰਾਜ਼ਗੀਆਂ ਮਿਟਾਣ ਲਈ ਆਏ ਆ ਹਰੀਸ਼ रावत ਜੀ ਦਾ ਆਉਂਦਾ ਮਤਲਬ ਇਹ ਹੈ ਕਿ 2022 ਦੀਆਂ ਤਿਆਰੀਆਂ ਕਰਾਉਣ ਵਾਸਤੇ ਆਏ ਆ ਕੱਲ ਉਹਨਾਂ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਡੇ ਵਰਕਿੰਗ ਪ੍ਰਧਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਦੇ ਮਿਲਣ ਦਾ ਮਤਲਬ ਇਹ ਹੈ ਕਿ ਜਿਹੜਾ ਪ੍ਰਦੇਸ਼ ਕਾਂਗਰਸ ਦਾ ਢਾਂਚਾ ਹੈ ਉਹਨੂੰ ਸਚਾਰੂ ਢਾਂਗ ਦੇ ਨਾਲ ਚਲਾਇਆ ਜਾ ਸਕੇ ਉੱਥੇ ਜਿਹੜੀਆਂ ਨਿਯੁਕਤੀਆਂ ਬਾਕੀ ਹੋਣ ਵਾਲੀਆਂ ਐ ਜਿਹਦੇ ਪ੍ਰਦੇਸ਼ ਕਾਂਗਰਸ ਦੇ ਵਿੱਚ ਹੋਰ ਜਨਰਲ ਸੈਕਟਰੀ ਬੰਨੇ ਐ ਸੈਕਟਰੀ ਬੰਨੇ ਐ ਔਰ ਜਿਹੜੇ ਆਫਿਸ ਬੈਰਰ ਬੰਨੇ ਐ ਉਹਦੇ ਤੇ ਗੱਲ ਐ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੰਨੇ ਐ ਉਸ ਤੇ ਗੱਲ ਐ ਇਹ ਇਲੈਕਸ਼ਨ ਚਲਾਉਣ ਵਾਸਤੇ ਮੈਨੀਫੈਸਟੋ ਕਮੇਟੀ ਬੰਨੀ ਐ ਪ੍ਰਚਾਰ ਕਮੇਟੀ ਬੰਨੀ ਐ ਉਹਦੇ ਵਾਸਤੇ ਐ ਇਹ ਸਾਰੀ ਤਿਆਰੀਆਂ ਵਾਸਤੇ ਰੀਸ਼ਰਾਵਤ ਆਇਆ ਅੱਜ ਉਹਨਾਂ ਨੇ ਮਾਨਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਐ ਔਰ ਜਿਹੜੇ ਸਾਡੇ ਕੁਝ ਸਾਥੀਆਂ ਦੇ ਸ਼ੰਕੇ ਸੀਗੇ ਚਾਹੇ ਉਹ ਬਿਜਲੀ ਸਮਝੌਤਿਆਂ ਨੂੰ ਲੈ ਕੇ ਆਇਆ ਚਾਹੇ ਖੇਤੀ ਕਾਨੂੰਨਾਂ ਨੂੰ ਲੈ ਕੇ ਆਇਆ ਚਾਹੇ ਡਰੱਗ ਦੇ ਮਾਮਲੇ ਨੂੰ ਲੈ ਕੇ ਆਇਆ ਉਹਨਾਂ ਨੇ ਹਰ ਚੀਜ਼ ਦਾ ਰਿਵਿਊ ਕੀਤਾ ਹੈ ਤੁਸੀਂ ਉਹਨਾਂ ਚਾਰ ਮੰਤਰੀਆਂ ਦੀ ਗੱਲ ਕਰ ਰਹੇ ਹੋ 20 ਵਿਧਾਇਕਾਂ ਦੀ ਗੱਲ ਕਰ ਰਹੇ ਹੋ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਬਦਲਣ ਦੀ ਗੱਲ ਕਰ ਰਹੇ ਸੀਗੇ ਨਹੀਂ ਉਹ ਮੈਂ ਮਹਿਸੂਸ ਇਹ ਕਰਦਾ ਹਾਂ ਕਿ ਕਿਸੇ ਵਕਤ ਆਦਮੀ ਗੁੱਸੇ ਚ ਗਲਤਫਹਮੀ ਚ ਜੀ ਹਿੰਗਲਾ ਕਰ ਦਿੰਦਾ ਹੈ ਲੇਕਿਨ ਕਿਉਂਕਿ ਪਰਿਵਾਰ ਦੇ ਲੋਗ ਹਾਂ ਅਸੀਂ ਸਾਰੇ ਔਰ ਕਾਂਗਰਸ ਦੇ ਲੋਗ ਹਾਂ ਅੱਜ ਭਰਾ ਭਰਾ ਨੂੰ ਕਿਸੇ ਵਕਤ ਕਹਿੰਦਾ ਜਾ ਮੈਂ ਨਹੀਂ ਤੇਰੇ ਨਾਲ ਅੱਜ ਤੋਂ ਬਾਅਦ ਬੋਲਣਾ ਲੇਕਿਨ ਕੱਲ ਬੋਲ ਪੈਂਦਾ ਸਭ ਵੱਡੇ ਵੱਡੇ ਮਸਲਿਆਂ ਚ ਤੁਸੀਂ ਵਿੱਚ ਦਖਲ ਦਿੰਨੇ ਹੋ ਤੁਸੀਂ ਸਲਝਾਉਂਦੇ ਆਇਓ ਤੇ ਇਹ ਮਸਲਾ ਸਲਝਾ ਚੁੱਕੇ ਹੋ ਤੁਸੀਂ ਇਹ ਸੁਲ ਜਾਏਗਾ ਬੜੀ ਜਲਦੀ ਮੈਂ ਤੁਹਾਨੂੰ ਕਹਾਂ ਇੱਕ ਪਲੇਟਫਾਰਮ ਤੇ ਨਜ਼ਰ ਆਵਾਂਗੇ ਅਸੀਂ ਸਾਰੇ ਇੱਕ ਮੰਝਲ ਦੇ ਰਾਹੀ ਹਾਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣ ਵਾਲਾ ਹੈ ਮੁੱਖ ਮੰਤਰੀ ਦਾ ਚਿਹਰਾ ਸੋਨੀਆ ਗਾਂਧੀ ਤੈਅ ਕਰੇਗੀ ਔਰ ਜਿਤ वाले सारे एमएलए तय ਕਰਨਗੇ ਕਿ रावत ਸਾਹਿਬ ਖੁਦ ਸੀਨੀਅਰ ਨੇ ਉਹ ਸੀਐਮ रह चुके ਨੇ ਜੀ ਉਹ ਖੁਦ ਬਿਆਨ ਦੇ ਚੁੱਕੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੀ ਅਗਵਾਈ ਕਰਨਗੇ ਤੇ ਲੋਕ ਜਿਹੜੇ ਦਰਸ਼ਕ ਨੇ ਸਾਡੇ ਲੋਕ ਨੇ ਪੰਜਾਬ ਦੇ ਉਹਨਾਂ ਦੇ ਮਨ ਦੇ ਵਿੱਚ ਬਲਬਲੇ ਉੱਠ ਰਹੇ ਨੇ ਆਖਰ ਕੌਣ ਹੋਵੇਗਾ ਪੰਜਾਬ ਦਾ ਸੀ ਮੈਂ ਸਪਸ਼ਟ ਕਰਾਂ ਪਹਿਲੀ ਗੱਲ ਤੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਾਡੀ ਪਾਰਟੀ ਦੇ ਸਭ ਤੋਂ ਸੀਨੀਅਰ ਲੀਡਰ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਉਹ ਹੀ ਹਾਈ ਕਮਾਂਡ ਹੈ ਮੈਂ ਤੁਹਾਨੂੰ ਸਪਸ਼ਟ ਕਰਾਂ ਔਰ ਉਹਨਾਂ ਦੀ ਅਗਵਾਈ ਨੂੰ ਤੁਸੀਂ ਠੁਕਰਾ ਨਹੀਂ ਸਕਦੇ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਜਿਹੜੇ ਆ ਉਹ ਬੈਕਫੁੱਟ ਤੇ ਚਲੇਗੇ ਭਾਈ ਜਿੰਨੀ ਕੁ ਜ਼ਰੂਰਤ ਕੈਪਟਨ ਅਮਰਿੰਦਰ ਸਿੰਘ ਅਗਵਾਈ ਕਰਨਗੇ ਉਹਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਵੀ ਚੱਲਣਗੇ ਉਹਨਾਂ ਦੇ ਨਾਲ ਨਾਲ ਬਾਕੀ ਮੰਤਰੀ ਵੀ ਚੱਲਣਗੇ ਅਗਵਾਈ ਸਾਰਿਆਂ ਦੀ ਕਲੈਕਟਰ ਜ਼ਿੰਮੇਵਾਰੀ ਹੈ ਔਰ ਸਾਰੇ ਇਕੱਠੇ ਰਲ ਕੇ ਅਗਵਾਈ ਕਰਨਗੇ ਪੂਰਾ ਪੰਜਾਬ ਦੀ ਕਾਂਗਰਸ ਅਗਵਾਈ ਕਰੇਗੀ ਔਰ 2022 ਦਾ ਟੀਚਾ ਪੂਰਾ ਕਰ ਜਿਹੜੇ ਮੰਤਰੀਆਂ ਤੇ ਵਿਧਾਇਕਾਂ ਦਾ ਇੱਕ ਤਬਕਾ ਕਹਿ ਰਿਹਾ ਸੀਗਾ ਕਿ ਅੱਜ ਬਦਲ ਦੀ ਲੋੜ ਹੈਗੀ ਆ ਉਸ ਗੱਲ ਨੂੰ ਤੁਸੀਂ ਕਿਦਾਂ ਦੇਖਦੇ ਹੋ ਮੈਂ ਤੁਹਾਨੂੰ ਇਹ ਕਿਹਾ ਯਾਰ ਦੇਖਿਆ ਯਾਰੀ ਮੈਂ ਤੁਹਾਨੂੰ ਕਿਹਾ ਕਿ ਘਰ ਦੇ ਵਿੱਚ ਮਾਂ ਪਿਓ ਨਾਲ ਝਗੜਦੇ ਆ ਨਾ ਆਪਾਂ ਤੇ ਚੁੱਕ ਕੇ ਟੈਚੀ ਇਹੀ ਕਹਿੰਦੇ ਆ ਜਾਂ ਅੱਜ ਤੋਂ ਬਾਅਦ ਮੈਂ ਘਰ ਨਹੀਂ ਆਉਣਾ ਤੇ ਫਿਰ ਚੌਥੇ ਦਿਨ ਆ ਜਾਂਦੇ ਆ ਨਾ ਜੇਕਰ ਹਾਈ ਕਮਾਂਡ ਡਿਸਾਈਡ ਕਰਦੀ ਆ ਕੈਪਟਨ ਅਮਰਿੰਦਰ ਸਿੰਘ ਚਿਹਰਾ ਹੋਣਗੇ ਤਾਂ ਨਵਜੋਤ ਸਿੰਘ ਸਿੱਧੂ ਸਪੋਰਟ ਕਰਨਗੇ ਜੀ ਬਈ ਕਰਨੀ ਪੈਣੀ ਹੈ ਇਹਨੂੰ ਕੌਣ ਰੋਕ ਸਕਦਾ ਇਸ ਗੱਲ ਨੂੰ ਜੋ ਹਾਈ ਕਮਾਂਡ ਕਹੇਗਾ ਉਹ ਸਭ ਨੂੰ ਸਿਰ ਝੁਕਾ ਕੇ ਮੰਨਣਾ ਪਏਗਾ ਕਾਂਗਰਸ ਪਾਰਟੀ ਦਾ ਮੁਕਾਬਲਾ ਕਿਹਦੇ ਨਾਲ ਹੈ 2000 ਪਾਰਟੀ ਦਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਬਾਕੀ ਸਾਰੇ ਦੇ ਭਾਂਡੇ ਮਾਂਜੇ ਪਏ ਕਿਸੇ ਇੱਕ ਨਾਲ ਤਾਂ ਹੋਏਗਾ ਨਾ ਕਿਸੇ ਦੇ ਨਾਲ ਨਹੀਂ ਮੈਂ ਤੁਹਾਨੂੰ ਕਹਿੰਦਾ ਸਾਰਿਆਂ ਦੇ ਮੁਕਾਬਲੇ ਆਈ ਔਰ ਸਾਰਿਆਂ ਦੇ ਨਾਲ ਮੁਕਾਬਲਾ ਆਇਆ ਲੇਕਿਨ ਲੋਕਾਂ ਨੇ ਉਹਨਾਂ ਨੂੰ ਨਿਹੰਗਾਂ ਦੇ ਬਾਟੇ ਵਾਂਗੂ ਮਾਂਜ ਕੇ ਭੇਜ ਦੇਣਾ ਹੀ ਉਹਨਾਂ ਦੇ ਪੱਲੇ ਕੁਝ ਹੈਗਾ ਨਹੀਂ ਹੋ ਝਾੜੂ ਤਿਲਾ ਤਿਲਾ ਹੋਈ ਫਿਰਦਾ ਹੀ ਤੱਕੜੀਆਂ ਕਿਤੇ ਡੰਡੀਆਂ ਟੁੱਟੀਆਂ ਫਿਰਦੀਆਂ ਹੀ ਉਹ ਆਪਣੇ ਆਪ ਨੂੰ ਨਹੀਂ ਸੰਭ ਸਕਦੇ ਔਰ ਬੇਅਦਬੀ ਦੇ ਵਿੱਚ ਫਸੇ ਪਏ ਹੀ ਉਹ ਬੜੀ ਬੁਰੀ ਤਰ੍ਹਾਂ ਨਾਲ ਉਹਨਾਂ ਨੇ ਕੀ ਮੁਕਾਬਲਾ ਕਰਨਾ ਔਰ ਉਹ ਪੰਜਾਬ ਚ ਕਹਿੰਦੇ ਮੜਨ ਨਹੀਂ ਹੁੰਦੇ ਹਰਿਆਣਾ ਤੋਂ ਆ ਕੇ ਖੱਟਰ ਸਾਹਿਬ ਚੰਡੀਗੜ੍ਹ ਦੇ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਤੇ ਉਂਗਲ ਚੱਕਦੇ ਨੇ ਲਗਾਤਾਰ ਸਵਾਲਾਂ ਦੀ ਝੜੀ ਲਾ ਦਿੰਦੇ ਨੇ ਕੀ ਕਹੋਗੇ ਭਾਈ ਗੱਲ ਨਹੀਂ ਸਮਝਦੇ ਪਏ ਉਹ ਜਿਹੜੀ ਝੜੀ ਹੈ ਨਾ ਇਹ ਤੇ ਭਾਈ ਇਹ ਜਿਸ ਤਰ੍ਹਾਂ ਅੱਗੇ ਝੜੀ ਲੱਗਦੀ ਵੀਰਵਾਰ ਦੀ ਇੱਕ ਝੜੀ ਹੁੰਦੀ ਸੀ ਹਨਾ ਇਹ ਉਹ ਝੜੀ ਨਹੀਂ ਹੈਗੀ ਹੁਣ ਹੁਣ ਝੜੀ ਗਈਆਂ ਚਾਰ ਬੂੰਦਾਂ ਪਈਆਂ ਤੇ ਖਤਮ ਆ ਜਿਹੜੀਆਂ ਚਾਰਕ ਸ਼ਬਦ ਬੋਲੇ ਨਾ ਖੱਟਰ ਸਾਹਿਬ ਨੇ ਉਹਦਾ ਇਸ ਲਈ ਜਿਹੜੀ ਟੈਂਟਾਂ ਫਿਸਕਿਆ ਹੋਇਆ ਉਹਦਾ ਕਾਰਨ ਇਹ ਆ ਕਿ ਉਹਦੇ ਕੋਲ ਕਹਿਣ ਲਈ ਕੁਝ ਨਹੀਂ ਕਿਸਾਨਾਂ ਦੇ ਖਿਲਾਫ ਆ ਔਰ ਕਿਸਾਨਾਂ ਦੇ ਵਾਸਤੇ ਝੂਠੀਆਂ ਉਹਨਾਂ ਨੇ ਗੱਲਾਂ ਕੀਤੀਆਂ ਤੇ ਲੋਕਾਂ ਨੂੰ ਪਤਾ ਹੈ ਕਿ ਕਿਸਾਨ ਵਿਰੋਧੀ ਕੌਣ ਹੈ ਤੇ ਕਿਸਾਨ ਦੇ ਹੱਕ ਚ ਕੌਣ ਹੈ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਹਤਾਸ਼ੀ ਮੰਨਦੇ ਆ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਰਖਵਾਲਾ ਬਣਦੇ ਆ ਇਸੇ ਲਈ ਤੇ ਉਹਦੇ ਮੂੰਹ ਚ ਲੱਡੂ ਪਾਇਆ ਨਾ ਉਹਨਾਂ ਨੇ ਆਖਰੀ ਸਵਾਲ ਹੈ ਜੀ ਡਾਕਟਰ ਸਾਹਿਬ ਜਿਹੜਾ ਤਿੰਨ ਤਰੀਕ ਦਾ ਇਜਲਾਸ ਹੈਗਾ ਉਸ ਤੋਂ ਬਾਅਦ ਹੋਰ 5-7 ਦਿਨ ਦਾ اجلاس ਹੋਣ ਵਾਲਾ ਹੈ ਬਿਲਕੁਲ ਹੋਏਗਾ ਔਰ ਮੈਨੂੰ ਉਮੀਦ ਹੈ ਕਿ ਕੋਈ ਮੁੱਖ ਮੰਤਰੀ ਜੀ ਨੇ ਵੀ ਇਸ ਦੇ ਉੱਪਰ ਆਪਣਾ ਪ੍ਰਤੀਕਰਮ ਦੇ ਦਿੱਤਾ ਕਿ ਇਹ ਜਿਹੜਾ ਇਹ ਇਹ ਗੁਰੂਆਂ ਨੂੰ ਸਮਰਪਿਤ ਹੈ ਔਰ ਇਹ 400 ਸਾਲਾਂ ਨੂੰ ਸਮਰਪਿਤ ਹੈ ਅਸੀਂ ਸਾਰੇ ਹੀ ਅੱਜ ਗੁਰੂਆਂ ਦਿਨ ਮਨਾਉਣ ਵਾਸਤੇ ਉੱਥੇ ਰਾਜਨੀਤੀ ਰੰਗ ਨਹੀਂ ਖੋਲਣਾ ਚਾਹੁੰਦੇ ਉਹਨੂੰ ਭਗਤੀ ਰੰਗ 'ਚ ਰੱਖਣਾ ਚਾਹੁੰਦੇ ਆ ਔਰ ਉੱਥੇ ਸਿਰ ਅਰਦਾਸ ਬੇਨਤੀ ਕਰਨਾ ਚਾਹੁੰਦੇ ਆ ਬੈਸ ਬ੍ਰਦਰਜ਼ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਅਸੀਂ ਬਿੱਲ ਲੈ ਕੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਐ ਲੋਕ ਕੀਤੀ ਜਾਵੇ ਕਿਉਂਕਿ ਚਿੱਟੇ ਦਾ ਸ਼ਿਕਾਰ ਹੋ ਰਹੇ ਨੇ ਨੌਜਵਾਨ ਦੇਖੋ ਗੱਲ ਇਹ ਹੈ ਕਿ ਇਦਾਂ ਦੀ ਕੋਈ ਵੀ ਚੀਜ਼ ਨਾ ਕੋਈ ਸਰਕਾਰ ਅਲੋ ਕਰੇਗੀ ਨਾ ਸਾਡਾ ਕੋਈ ਇਹ ਇਰਾਦਾ ਹੈ ਔਰ ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਇੱਕ ਨਸ਼ਾ ਛੱਡ ਕੇ ਦੂਜਾ ਨਸ਼ਾ ਕਰ ਲਓ ਇਹ ਕੌਣ ਬਰਦਾਸ਼ਤ ਕਰੇਗਾ ਅਸੀਂ ਕਹਿੰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਉਹਦੇ ਵਾਸਤੇ ਇਹ ਪ੍ਰੀਪੇਅਰ ਹੋਣਾ ਪਏਗਾ ਪਰਿਵਾਰਾਂ ਨੂੰ ਪ੍ਰੀਪੇਅਰ ਹੋਣਾ ਪਏਗਾ ਮਾਪਿਆਂ ਨੂੰ ਬੱਚਿਆਂ ਨੂੰ ਤਿਆਰ ਰੱਖਣਾ ਪਏਗਾ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਏਗੀ ਕਿ ਇਸ ਦਲਦਲ ਚੋਂ ਬਾਹਰ ਨਿਕਲਣ ਸੋ ਸੁਣਿਆ ਤੁਸੀਂ ਡਾਕਟਰ ਰਾਜ ਕੁਮਾਰ ਵੇਰਕਾ ਦਾ ਕੀ ਕਹਿਣਾ ਸੀਗਾ ਪੰਜਾਬ ਦੇ ਸੀਐਮ ਵੱਲੋਂ ਜਿਹੜੇ ਜਵਾਬ ਹਰਿਆਣਾ ਦੇ ਸੀਐਮ ਨੂੰ ਖੱਟਰ ਨੂੰ ਦਿੱਤੇ ਗਏ ਨੇ ਉਸ ਉਤੇ ਇਹਨਾਂ ਨੇ ਖਾਸ ਸਪਸ਼ਟ ਤੌਰ ਤੇ ਕਿਹਾ ਕਿ ਉਹ ਇੱਕ ਫੋਕੀ ਝੜੀ ਸੀਗੀ ਜਿਹੜੀ ਖੱਟਰ ਦੀ ਲੱਗੀ ਸੀਗੀ ਤੇ ਫਾਲਤੂ ਦੇ ਸਵਾਲ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਵੱਲੋਂ ਚੱਕੇ ਜਾ ਰਹੇ ਸੀਗੇ ਤੇ اجلاس ਦੀ ਜੇ ਗੱਲ ਕਰੀਏ ਤਾਂ ਵਿਧਾਨ ਸਭਾ ਦਾ ਜਿਹੜਾ ਤਿੰਨ ਤਰੀਕ ਦਾ اجلاس ਮੌਨਸੂਨ اجلاس ਇੱਕ ਦਿਨ ਦਾ ਰੱਖਿਆ ਗਿਆ ਉਸ ਤੋਂ ਬਾਅਦ 1-2 ਹਫਤਿਆਂ ਦੇ ਵਿੱਚ ਵਿੱਚ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 5-7 ਦਿਨ ਦਾ ਹੋਰ ਵਿਧਾਨ ਸਭਾ ਦਾ اجلاس ਬੁਲਾਇਆ ਜਾਏਗਾ ਚੰਡੀਗੜ੍ਹ ਤੋਂ ਇੰਡੀਆ ਨਿਊਜ਼ ਲਈ ਅਰੁਣਾ ਹੁਜਾਦੀ ਵਿਸ਼ੇਸ਼ ਰਿਪੋਰਟ